6 साल पहला रोजी रोटी कमाउन दी खातर विदेश के सनी इनक्लेव राम तीर्थ रोड ते वासी एक नौजवान सुलविंदर सिंह पुत्र कश्मीर सिंह दी कल शाम साउथ अफ्रीका विखे एक हादसे विच दुखदाई मौत हो गई। मृतक नौजवान पांच भरावां दा सब तो छोटा ते लाडला वीर सी, जिसने कुछ समय पहला ही सनी इनक्लेव विखे अपना घर बनवाया सी, जिथे उसकी पत्नी कुलविंदर कौर, पुत्र हरजोत सिंह ते 9 सालां दी धी एकमप्रीत कौर रह रही है। परिवार दे दसन अनुसार वह कुछ महीने पहला ही फरवरी विच एक महीने की छुट्टी कट के विदेश गया सी, जिथे वह क्रेन चलाउंदा सी अते क्रेन दीआं ब्रेकां फेल होण करके वह हादसे का शिकार हो गया, जिस दौरान उसकी मौत हो गई। परिवार ने पंजाब ते केंद्र सरकार तो मंग की है कि सुलविंदर सिंह की लाश भारत लियांदी जावे अते परिवार नूं आर्थिक सहायता मुहैया करवाई जावे। ਮੇਰਾ ਨਾਮ ਕੁਲਵਿੰਦਰ ਕੌਰ ਆ। ਕਿੰਨੀ ਦੇਰ ਤੋਂ ਬਾਹਰ ਗਏ ਸੀ ਤੁਹਾਡੇ ਹੱਥੋਂ? ਮੇਰੇ ਸਰਦਾਰ ਜੀ 18 ਦੇ ਵਿੱਚ ਗਏ ਸੀ, ਦੋ ਅਕਤੂਬਰ ਨੂੰ। ਕੀ ਗੱਲ ਹੈ? 2018 ਦੇ ਵਿੱਚ 2 ਅਕਤੂਬਰ ਨੂੰ ਗਏ ਸੀ। ਤੇ ਕੀ ਕਾਰੋਬਾਰ ਕਰਦੇ ਸੀ ਬਾਹਰ? ਬਾਹਰ ਕਰੇਨ ਚਲਾਉਂਦਾ ਸੀ। ਕਿਹੜੀ ਜਗ੍ਹਾ ਗਏ ਸੀ? ਸਾਊਥ ਅਫਰੀਕਾ ਗਏ ਸੀਗੇ। ਤੇ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਤੁਹਾਡੇ? ਦੇ ਪਰਿਵਾਰ ਦੇ ਵਿੱਚ ਦੋ ਬੱਚੇ ਆ, ਦਾਦਾ ਰਹਿ ਗਿਆ ਇਕੱਲਾ ਹੁਣ। ਤੇ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਕੋਈ ਇਨਸੀਡੈਂਟ ਹੋ ਗਿਆ? ਉੱਥੇ ਮੇਰੇ ਬ੍ਰਦਰ ਸੀਗੇ ਦੋ, ਉਹਨਾਂ ਨੂੰ ਪਤਾ ਚੱਲਿਆ ਸੀ। ਉਹਨਾਂ ਕੀ ਮੰਗ ਕਰਦੇ ਪੰਜਾਬ ਸਰਕਾਰ ਸੈਂਟਰ ਸਰਕਾਰ ਤੋਂ ਕੀ ਮੰਗ ਕਰਦੇ ਜੀ? ਮੇਰਾ ਨਾਮ ਨਛੱਤਰ ਸਿੰਘ ਹੈ। ਮੇਰਾ ਕਜ਼ਨ ਲੱਗਦਾ ਸੀ ਤੇ ਮੇਰਾ ਯਾਨੀ ਕਿ ਸਾਰਾ ਲੱਗਦਾ ਸੀ ਤੇ ਅਸੀਂ ਤੇ ਭਾਜੀ ਹੋਣਾਂ ਦੇ ਵੱਡੇ ਭਾਜੀ ਹੋਣਾਂ ਦੇ ਭੋਗ ਤੇ ਗਏ ਸੀ ਅਖੰਡ ਪਾਠ ਤੇ। ਉੱਥੇ ਸਾਨੂੰ ਸੁਨੇਹਾ ਮਿਲਿਆ ਵੀ ਇੱਦਾਂ ਹੋ ਗਏ ਵੀ ਕਰੇਨ ਤੇ 5-6 ਸਾਲ ਹੋ ਗਏ ਉਹਨਾਂ ਨੂੰ ਉੱਥੇ ਗਏ ਨੂੰ ਸਾਊਥ ਅਫਰੀਕਾ। ਤੇ ਅੱਜ ਕੱਲ੍ਹ ਛੁੱਟੀ ਦੇ ਦਿਨ ਜਦੋਂ ਉਹ ਗਏ ਆ ਤੇ ਕਹਿੰਦੇ 5 ਮਿੰਟ ਦਾ ਕੰਮ ਆ, ਪਤਾ ਨਹੀਂ 5 ਮਿੰਟ ਦੇ ਕੰਮ ਨੇ ਕਿੱਥੇ ਲੈ ਬੈਠਾ ਉਹਨੂੰ। ਤੇ ਉਹ ਦੱਸਿਆ ਜਾਂਦਾ ਵੀ ਬ੍ਰੇਕ ਫੇਲ ਹੋ ਗਈ ਉਹਦੀ ਕਰੇਨ ਦੀ, ਉਹਦੇ ਨਹਾਸ ਦੇ ਵਿੱਚ ਉਹਨਾਂ ਦੀ ਜਾਨ ਚਲੇ ਗਈ ਹੈ। ਪਿੱਛੇ ਛੋਟੇ ਛੋਟੇ ਬੱਚੇ ਛੱਡ ਗਏ ਆ, ਛੋਟਾ ਪਰਿਵਾਰ ਛੱਡ ਗਏ ਆ। ਇੱਕ ਤੁਸੀਂ ਦੇਖੋ ਪੈਰਾਡਾਈਜ਼ ਬਾਪ ਆ, ਉਹ ਛੱਡ ਗਏ ਆ। ਅਤੇ ਅਸੀਂ ਪ੍ਰਸ਼ਾਸਨ ਕੋਲ ਇਹੋ ਮੰਗ ਕਰਦੇ ਹਾਂ ਵੀ ਜਲਦ ਤੋਂ ਜਲਦ ਡੈੱਡ ਬੋਡੀ ਇੱਥੇ ਲਿਆਂਦੀ ਜਾਵੇ। ਅਸੀਂ ਪ੍ਰਸ਼ਾਸਨ ਕੋਲ ਇਹ ਮੰਗਦੇ ਹਾਂ ਇਹ ਬੱਚਿਆਂ ਦੀ ਮਾਲੀ ਸਹਾਇਤਾ ਕੀਤੀ ਜਾਵੇ ਜੋ ਇਹਨਾਂ ਦਾ ਭਵਿੱਖ ਗਾਂ ਸਹੀ ਹੋ ਸਕੇ। ਅਸੀਂ ਪ੍ਰਸ਼ਾਸਨ ਕੋਲ ਇਹ ਮੰਗ ਕਰਦੇ ਹਾਂ ਕਿ ਕੋਈ ਮੰਤਰੀ ਕੋਈ ਸਾਡੇ ਇੱਥੇ ਆਵੇ, ਸਾਡਾ ਦੁੱਖ ਸੁਣੇ, ਸਾਨੂੰ ਵੇਖੇ ਕਿ ਸਾਡੇ ਹਾਲਤ ਬੀਤੀ ਜਾ ਰਹੀ ਆ। ਅਸੀਂ ਜਲਦ ਤੋਂ ਜਲਦ ਇਹ ਮੰਗ ਕਰਦੇ ਹਾਂ ਕਿ ਸਾਡੀ ਡੈੱਡ ਬੋਡੀ ਸਾਨੂੰ ਸੌਂਪੀ ਜਾਵੇ ਜੋ ਅਸੀਂ ਉਹਦਾ ਕਿਰਿਆਕ੍ਰਮ ਜੋ ਵੀ ਕਰ ਸਕੀਏ। ਕਿੱਥੋਂ ਦਾ ਰਹਿਣ ਵਾਲਾ ਸੀ? ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਅੰਮ੍ਰਿਤਸਰ ਆਏ ਨੂੰ? ਪਿੰਡ ਕਿਹੜਾ ਸੀ? ਅੰਮ੍ਰਿਤਸਰ ਸਾਨੂੰ ਅੰਮ੍ਰਿਤਸਰ ਸਾਡਾ ਪਿੰਡ ਟਪਿਆਲਾ ਜੇ ਅਤੇ ਅੰਮ੍ਰਿਤਸਰ ਸਾਨੂੰ ਆਇਆ ਚਾਰ ਸਾਲ ਹੋ ਗਏ ਜੀ, 4-5 ਸਾਲ ਹੋ ਗਏ ਜੀ। ਹਾਂਜੀ, ਪਰਿਵਾਰ 'ਚ ਕੌਣ ਕੌਣ ਇਹਨਾਂ ਦੇ? ਪਰਿਵਾਰ ਦੇ ਵਿੱਚ ਇਹਨਾਂ ਦਾ ਸਹੁਰਾ ਸਾਹਿਬ ਜੇ ਅਤੇ ਇਹ ਜੇ ਅਤੇ 2 ਬੱਚੇ ਜੇ ਅਤੇ ਉਹ ਸੀ, ਉਹ ਤਾਂ ਹੁਣ ਰਿਹਾ ਨਹੀਂ ਜੇ। ਅਤੇ ਪਰਿਵਾਰ ਦੀ ਮਾਲੀ ਸਹਾਇਤਾ ਕੀਤੀ ਜਾਵੇ ਅਤੇ ਅਸੀਂ ਇਹੋ ਪ੍ਰਸ਼ਾਸਨ ਕੋਲ ਮੰਗ ਕਰਦੇ ਹਾਂ ਜਲਦ ਤੋਂ ਜਲਦ ਇਹਦੀ ਡੈੱਡ ਬੋਡੀ ਲਿਆਂਦੀ ਜਾਵੇ, ਬਸ ਇਹ ਸਾਡੀ ਇਹੋ ਮੰਗ ਹੈ। ਪਰਿਵਾਰ ਦਾ ਸਹਾਰਾ ਕੌਣ ਹੈ ਜੀ? ਕੌਣ? ਪਰਿਵਾਰ ਦਾ ਸਹਾਰਾ ਇਸ ਟਾਈਮ ਕੋਈ ਵੀ ਨਹੀਂ ਜੀ। ਇਸ ਵੇਲੇ ਪ੍ਰਸ਼ਾਸਨ ਦਾ ਪ੍ਰਸ਼ਾਸਨ ਕੋਲ ਇਹ ਮੰਗ ਕਰਦੇ ਹਾਂ ਕੋਈ ਕਮਾਉਣ ਵਾਲਾ ਸਾਧਨ ਖਤਮ ਹੋ ਗਿਆ ਜੀ ਅਤੇ ਮਾਲੀ ਸਹਾਇਤਾ ਕੀਤੀ ਜਾਵੇ। ਹਾਂਜੀ, ਬਸ ਅਸੀਂ ਇਹੋ ਮੰਗ ਕਰਦੇ ਹਾਂ ਡੈੱਡ ਬੋਡੀ ਜਲਦ ਲਿਆਂਦੀ ਜਾਵੇ ਅਤੇ ਬਸ ਇਹਨਾਂ ਦੀ ਮਾਲੀ ਸਹਾਇਤਾ ਕੀਤੀ ਜਾਵੇ ਜੋ ਬੱਚਿਆਂ ਦਾ ਭਵਿੱਖ ਗਾਂ ਸੁਧਰ ਸਕੇ। ਸੁਭਾਅ ਤਾਂ ਇੱਦਾਂ ਦਾ ਜਿਹਨੂੰ ਮਿਲਦੇ ਸੀ ਨਾ ਜੀ ਉਹ ਯਾਦ ਕਰਦਾ ਸੀ ਵੀ ਹਾਂ ਮੈਨੂੰ ਮਿਲ ਕੇ ਗਿਆ ਆ, ਹਰ ਇੱਕ ਨਾਲ ਖੁਸ਼ੀ ਖਿੜਿਆ ਰਹਿਣਾ, ਲੜਾਈ ਝਗੜੇ ਵੱਲ ਤਾਂ ਉਹਦਾ ਦਿਮਾਗ ਜਾਂਦਾ ਹੀ ਨਹੀਂ। ਹਾਂਜੀ ਭਾਜੀ, ਕੀ ਨਾਮ ਸੀ? ਮੇਰਾ ਨਾਮ ਹਰਪ੍ਰੀਤ ਸਿੰਘ ਆ। ਇਹ ਜਿਨ੍ਹਾਂ ਦੀ ਡੈੱਥ ਹੋਈ ਮੇਰੇ ਜੀਜਾ ਜੀ ਆ ਔਰ ਇਹ ਸਾਊਥ ਅਫਰੀਕਾ ਦੇ ਵਿੱਚ ਕੰਮ ਕਰਦੇ ਸੀ, ਸਾਊਥ ਅਫਰੀਕਾ ਲੁੰਬਾਸ਼ੀ, ਅਤੇ ਉੱਥੇ ਕਰੇਨ ਆਪਰੇਟਰ ਸੀ ਅਤੇ ਕਰੇਨ ਚਲਾਉਂਦਿਆਂ ਚਲਾਉਂਦਿਆਂ ਕਿਤੇ ਕਰੇਨ ਖੜੀ ਕੀਤੀ ਹੈ ਅਤੇ ਉਹ ਕਰੇਨ ਦੀ ਬ੍ਰੇਕ ਫੇਲ ਹੋ ਗਈ, ਉਹਨੂੰ ਦੁਬਾਰਾ ਰੋਕਣ ਵਾਸਤੇ ਤਾਂ ਚੜਿਆ ਅਤੇ ਇਹਨਾਂ ਦੀ ਡੈੱਥ ਹੋ ਗਈ ਹੈ।
ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਕਿ ਉਹਨਾਂ ਦੀ ਜਿਹੜੀ ਡੈੱਡ ਬੋਡੀ ਆ ਜਲਦੀ ਤੋਂ ਜਲਦੀ ਸਾਨੂੰ ਸੌਂਪ ਦਿੱਤੀ ਜਾਵੇ ਤਾਂ ਜੋ ਅਸੀਂ ਉਹਨਾਂ ਦੀ ਅੰਤਿਮ ਕਿਰਿਆ ਕਰ ਸਕੀਏ। ਅਤੇ ਬਾਕੀ ਇਹਨਾਂ ਬੱਚਿਆਂ ਦਾ ਥੋੜ੍ਹਾ ਛੋਟੇ ਛੋਟੇ ਦੋ ਬੱਚੇ ਆ, ਇਹਨਾਂ ਦੇ ਪਿੱਛੇ ਕੋਈ ਨਹੀਂ ਹੁੰਦਾ, ਪਿਓ ਦੇ ਪਿਓ ਤੋਂ ਇਲਾਵਾ ਕੋਈ ਨਹੀਂ ਸਭ ਕਰਦਾ। ਅਤੇ ਇੱਕ ਦਾਦਾ ਜੀ ਇਹਨਾਂ ਦੇ ਬੱਚਿਆਂ ਦੇ, ਉਹ ਵੀ ਪੈਰਾਲਾਈਜ਼ਰ ਨੇ। ਅਤੇ ਅਸੀਂ ਪ੍ਰਸ਼ਾਸਨ ਤੋਂ ਸਾਨੂੰ ਇਹੀ ਮੰਗ ਆ ਵੀ ਇਹਨਾਂ ਦੀ ਜਿੱਥੇ ਕੰਪਨੀ 'ਚ ਕੰਮ ਕਰਦੇ ਉਹ ਕੰਪਨੀ ਵੱਲੋਂ ਵੀ ਥੋੜ੍ਹੀ ਸਹਾਇਤਾ ਕੀਤੀ ਜਾਵੇ ਅਤੇ ਪ੍ਰਸ਼ਾਸਨ ਵੱਲੋਂ ਵੀ ਥੋੜ੍ਹੀ ਸਹਾਇਤਾ ਕੀਤੀ ਜਾਵੇ। ਕੰਪਨੀ ਦੇ ਨਾਲ ਕਿਸੇ ਤਰ੍ਹਾਂ ਦਾ ਤੁਹਾਡਾ ਕੋਈ ਤਾਲਮੇਲ ਹੋ ਸਕਿਆ? ਨਹੀਂ, ਕੰਪਨੀ ਦੇ ਨਾਲ ਕੋਈ ਤਾਲਮੇਲ ਤਾਂ ਨਹੀਂ ਹੋ ਸਕਿਆ ਵੀ, ਅਤੇ ਉੱਥੇ ਸਾਡੇ ਮਤਲਬ ਵੀ ਬ੍ਰਦਰ ਨੇ ਛੋਟੇ ਦੋ, ਅਤੇ ਉਹਨਾਂ ਦੇ ਨਾਲ ਹੀ ਗੱਲਬਾਤ ਹੋ ਰਹੀ ਆ, ਉਹੀ ਅੱਗੇ ਗੱਲਬਾਤ ਕਰ ਰਹੇ ਨੇ, ਬਾਕੀ ਸਾਨੂੰ ਤਾਂ ਉਹੀ ਜੋ ਕੁਝ ਦੱਸ ਰਹੇ ਨੇ। ਕੰਪਨੀ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਭਰੋਸਾ ਦਿੱਤਾ ਜਾ ਰਿਹਾ? ਕਹਿ ਤਾਂ ਰਹੇ ਆ ਵੀ ਭਰੋਸਾ ਦਿੱਤਾ ਜਾ ਰਿਹਾ, ਤੁਹਾਡੀ ਮਤਲਬ ਡੈੱਡ ਬੋਡੀ ਭੇਜ ਦਾਂਗੇ, ਤੁਹਾਨੂੰ ਕੁਛ ਮਾਲੀ ਸਹਾਇਤਾ ਦੇ ਦਾਂਗੇ, ਪਰ ਜਦ ਤੱਕ ਇੱਥੇ ਡੈੱਡ ਬੋਡੀ ਪਹੁੰਚਦੀ ਨਹੀਂ ਤਦ ਤੱਕ ਕੁਛ ਨਹੀਂ ਕਹਿ ਸਕਦੇ। ਪੰਜਾਬ ਸਰਕਾਰ ਅਤੇ ਸੈਂਟਰ ਦੀ ਗੌਰਮੈਂਟ ਤੋਂ ਤੁਸੀਂ ਕੀ ਮੰਗ ਕਰਦੇ? ਪੰਜਾਬ ਸਰਕਾਰ ਅਤੇ ਸੈਂਟਰ ਦੀ ਗੌਰਮੈਂਟ ਤੋਂ ਇਹੀ ਮੰਗ ਕਰਦੇ ਹਾਂ ਵੀ ਚਲੋ ਇੱਥੋਂ ਪੰਜਾਬੀ ਵਿਚਾਰੇ ਬਾਹਰ ਜਾ ਕੇ ਕੰਮ ਕਰਦੇ ਨੇ, ਅਤੇ ਜੇ ਉੱਥੇ ਕੰਮ ਕਰਦੇ ਨੇ ਤਾਂ ਉਹਨਾਂ ਨੂੰ ਕੁਛ ਨਾ ਕੁਛ ਵੀ ਸਹਾਇਤਾ, ਮਾਲੀ ਸਹਾਇਤਾ ਮਿਲਣੀ ਚਾਹੀਦੀ ਹੈ, ਅਤੇ ਉਹਨਾਂ ਦੀ ਜਿਹੜੀ ਡੈੱਡ ਬੋਡੀ ਆ ਇੱਥੇ ਤੱਕ ਪਹੁੰਚਣੀ ਚਾਹੀਦੀ, ਤਾਂ ਜੋ ਉਹਨਾਂ ਦੇ ਛੋਟੇ ਛੋਟੇ ਬੱਚਿਆਂ ਦਾ ਅਗਾਂਹ ਅੱਗੇ ਆਉਣ ਵਾਲਾ ਭਵਿੱਖ ਸਹੀ ਸੁਧਰ ਸਕੇ। ਘਰ ਦੇ ਹਾਲਾਤ ਭਾਅ ਜੀ, ਜਦੋਂ ਬੰਦਾ ਹੀ ਚਲੇ ਗਿਆ ਤਾਂ ਫਿਰ ਘਰ ਦੇ ਹਾਲਾਤ ਕਿਸਾਨਾਂ ਨਾਲ, ਕਮਾਉਣ ਵਾਲਾ ਤਾਂ ਉਹੀ ਸੀਗਾ, ਜਦੋਂ ਉਹੀ ਚਲੇ ਗਿਆ ਤਾਂ ਫਿਰ ਘਰ ਦੇ ਹਾਲਾਤ ਤੁਹਾਨੂੰ ਪਤਾ ਹੀ ਆ ਮਾੜੇ ਰਹਿਣੇ। ਦੈਨਿਕ ਸਵੇਰਾ ਲਈ ਜੋਤੀ ਦੀ ਰਿਪੋਰਟ।